ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਨਾਲ ਤੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ ਆ ਗਏ ਆ ਜਿਹਦੇ ਵਿੱਚ ਆਪਾਂ ਲੈ ਕੇ ਆਏ ਇੱਕ ਸਟੈਂਡ ਜਿਹੜਾ ਕਿ ਕੈਮਰੇ ਦਾ ਡੀਐਸਐਲਆਰ ਦਾ ਸਟੈਂਡ ਆ ਜਿਹਦਾ ਮਾਡਲ ਹੈਗਾ ਵਾ Z03 ਗੋਰਿਲਾ ਸਟੈਂਡ ਵੀ ਇਹਨੂੰ ਇਦ ਕਹਿੰਦੇ ਆ ਕੁਛ ਇਦਾਂ ਦਾ ਤੇ ਇਹਨੂੰ ਆਪਾਂ ਖੋਲ ਕੇ ਦੇਖਦੇ ਆ ਕਿ ਇਹਦੇ ਵਿੱਚੋਂ ਕਿੱਦਾਂ ਦਾ ਹੁੰਦਾ ਵਾ ਸਟੈਂਡ ਇੱਕ ਤੇ ਉਹਦੇ ਨਾਲ ਆਪਾਂ ਨੂੰ ਹੋਰ ਕੀ ਕੀ ਲੱਭਦਾ ਵਾ ਤੇ ਇਹਨੂੰ ਸਭ ਤੋਂ ਪਹਿਲਾਂ ਖੋਲ ਲਈ ਇੱਕ ਆਪਨੇ ਨੂੰ ਸਟੈਂਡ ਲੱਭ ਗਿਆ ਤੇ ਇੱਕ ਆਪਾਂ ਨੂੰ ਮੋਬਾਈਲ ਦਾ ਹੋਲਡਰ ਲੱਭ ਗਿਆ ਵਾ ਤੇ ਆਪਾਂ ਸਟੈਂਡ ਨੂੰ ਜਲਦੀ ਨਾਲ ਬਾਹਰ ਕੱਢ ਕੇ ਦੇਖਦੇ ਆ ਕਿ ਦਿਖਣ ਦਾ ਕਿੱਦਾਂ ਵਾ ਤੇ ਇਹ ਛੋਟ-ਛੋਟੀਆਂ ਕਹਿੰਦੇ ਆ ਕਿ ਗੋਲੀਆਂ-ਗੋਲੀਆਂ ਜੀਆਂ ਬੜੀਆਂ ਇੱਕ ਦੂਜੇ ਚਿੰਬੜੀਆਂ ਹੋਈਆਂ ਵਾਂ ਤੇ ਜਿਹੜੀਆਂ ਆਪਾਂ ਜਿੱਦਾਂ ਵੀ ਇਹਨੂੰ ਜਿੱਦਣ ਨੂੰ ਵੀ ਖਮਾਵਾਂਗੇ ਉਦਾਂ ਨੂੰ ਹੋ ਜਾਂਦੀਆਂ ਵਾਂ ਤੇ ਇਹਦਾ ਗੁਰਿਲਾ ਪਤਾ ਨਹੀਂ ਕਿਉਂ ਕਹਿੰਦੇ ਆ ਇਹ ਤੇ ਹਰ ਜਗ੍ਹਾ ਚਿੰਬੜ ਜਾਂਦਾ ਬਈ ਖਾਂਦਾ ਥੋੜੀ ਆ ਕਿਉਂਕਿ ਗੁਰਿਲਾ ਤੇ ਖਾਂਦਾ ਵਾ ਤੇ ਇਹ ਹੈਗਾ ਹਰ ਸਾਈਡ ਨੂੰ ਚਿੰਬੜਨ ਵਾਲਾ ਇਹਨੂੰ ਤੁਸੀਂ ਭਲਾ ਕੰਧ ਨਾਲ ਲਾ ਲਓ ਪਲਾਏ ਨੂੰ ਦਰਖਤ ਦੇ ਨਾਲ ਲਾ ਲਓ ਜਾਂ ਇਹਨੂੰ ਜਿੱਥੇ ਵੀ ਜਿੱਦਾਂ ਵੀ ਕਰਕੇ ਇਹਨੂੰ ਚੰਬੇੜੂਗੇ ਨਾ ਇਹ ਉਦਾਂ ਚਿੰਬੜ ਜਾਊਗਾ ਤੇ ਇਹਨੂੰ ਵੈਸੇਕਲੀ ਕਹਿਣਾ ਚਾਹੀਦਾ ਸੀਗਾ ਆਪਾਂ ਨੂੰ ਬਾਂਦਰ ਵਾਲਾ ਸਟੈਂ ਤੇ ਇਹਦਾ ਨਾਮ ਜੋ ਵੀ ਆ ਤੇ ਇਹ ਕੁਛ ਇਦਾਂ ਦਾ ਦੇਖਦਾ ਵਾ ਇਹ ਲਿਆ ਘਾਤੋਂ ਆ ਕਿਉਂਕਿ ਹਰ ਜਗ੍ਹਾ ਜਿੱਦਾਂ ਮਰਜੀ ਇਹਨੂੰ ਆਪਾਂ ਕਰੋ ਉਦੋਂ ਨੂੰ ਹੋ ਜਾਂਦਾ ਵਾ ਜਿੱਦਾਂ ਇੱਥੇ ਵੀਡੀਓ ਚ ਦੇਖ ਸਕਦੇ ਆ ਦੇਖੋ ਇਹਦੇ ਛੋਟੇ ਛੋਟੇ ਜਿਹੜੇ ਆ ਗੋਲੀਆਂ ਜੀਆਂ ਵਾ ਨਾ ਇਹ ਹਰ ਸਾਈਡ ਨੂੰ ਜਿਹੜੀਆਂ ਵਾ ਨਾ ਸੈੱਟ ਬਹਿ ਜਾਂਦੀਆਂ ਵਾ ਤੇ ਇਹ ਜਿਹੜਾ ਵਾ ਵਲੋਗਿੰਗ ਵਾਸਤੇ ਸਹੀ ਹੁੰਦਾ ਵਾ ਕਿ ਇਹਨੂੰ ਤੁਸੀਂ ਜਿੱਥੇ ਮਰਜ਼ੀ ਰੱਖ ਸਕਦੇ ਆ ਅਗਰ ਕਿਤੇ ਲਟਕਾਉਣਾ ਵਾ ਲਟਕਾ ਸਕਦੇ ਆ ਤੇ ਬਹੁਤ ਹੀ ਆਸਾਨ ਨਾ ਵੀਡੀਓ ਇਹਦੇ ਨਾਲ ਬਣ ਜਾਂਦੀ ਆ ਤੇ ਮੈਂ ਵੀ ਕੁਝ ਇਸ ਵਾਸਤੇ ਲਿਆ ਸੀ ਲੇਕਿਨ ਮੈਂ ਫੈਸਲਾਬਾਦ ਜਾਂਦੇ ਹੋਏ ਲੈਣਾ ਸੀ ਲੇਕਿਨ ਮੈਂ ਇਸ ਵੀਡੀਓ ਵਲੌਗ ਕਰ ਕਰਕੇ ਵਾਪਸ ਆ ਕੇ ਲਿਆ ਆਵਾ